ਇਹਨੇ ਉਧਰੋਂ ਗਾਲਾਂ ਕੱਢੀਆਂ ਜੀ ਡਰਾਈਵਰ ਸਾਹਿਬ ਕਿਹਨੇ ਕਿਹਦੀ ਕਿਹਦੀ ਗੱਲ ਕਰ ਰਹੇ ਆਟੋ ਵਾਲੇ ਨੇ ਜੀ ਅੱਛਾ ਹਾਂ ਇਹਨੇ ਸਰਿਆ ਮੈਨੂੰ ਵੀ ਗਾਲਾਂ ਕੱਢੀਆਂ ਜੀ ਆਟੋ ਵਾਲੇ ਨੂੰ ਮੈਂ ਪਹਿਲਾਂ ਆਖਿਆ ਵੀ ਵੀਰ ਜੀ ਗੱਡੀ ਕਰ ਲਓ ਪਾਸੇ ਇਹਨਾਂ ਨਹੀਂ ਕੀਤੀ ਮੁੜ ਕੇ ਗੱਡੀ ਮੜੀ ਨਾਲ ਲੱਗੀ ਵੀ ਨਹੀਂ ਆ ਫਿਰ ਵੀ ਮੈਂ ਇਹਨੂੰ ਗਾਹ ਕਰ ਲਈ ਗੱਡੀ ਅਤੇ ਗੱਡੀ ਅੱਗੋਂ ਘੁਮਾ ਕੇ ਅਤੇ ਮੈਂ ਲੱਖ ਦੀ ਕੱਢ ਲਈ ਗੱਡੀ ਇਹ ਬੰਦਾ ਆਇਆ ਗੱਡੀ ਦੇ ਵਿੱਚ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਇੰਨੇ ਭੈਣ ਇਹ ਬੰਦੇ ਨੇ ਪਹਿਲਾਂ ਬੱਸ ਮਗਰ ਲਾ ਕੇ ਰੱਖੀ ਅੱਗੇ ਮੇਰੀ ਗੱਡੀ ਸਵਾਰੀ ਪੈਣ ਲੱਗ ਗਈ ਮੈਂ ਸਾਈਡ 'ਚ ਕਰ ਲਈ ਇਹ ਬੰਦੇ ਨੇ ਬਾਰ ਬਾਰ ਮੈਨੂੰ ਗੱਡੀ ਇਹਨੂੰ ਮੈਂ ਰੋਕਦਾ ਰਿਹਾ ਇਹਨੇ ਫਿਰ ਵੀ ਮੇਰੇ ਗੱਡੀ ਦੇ ਨਾਲ ਲਾ ਕੇ ਲੈ ਗਿਆ ਮੈਂ ਫਿਰ ਇਹਨੂੰ ਕਿਹਾ ਮਾਂ ਵੀਰ ਚੱਲ ਜਾ ਕੋਈ ਗੱਲ ਨਹੀਂ ਆ ਤੈਨੂੰ ਮਹਿੰਗਾ ਪੈਣਾ ਹੀ ਇਹ ਫਿਰ ਵੀ ਮਾਂ ਭੈਣ ਦੀ ਗਾਲ ਕੱਢ ਕੇ ਨਾ ਮੇਰੀ ਬੱਸ ਸਾਰੀ ਗਵਾਹ ਵਾ ਸਵਾਰੀਆਂ ਵਿੱਚ ਭੈਣਾਂ ਵੀ ਬੈਠੀਆਂ ਮਾਵਾਂ ਵੀ ਬੈਠੀਆਂ ਪੁਲਿਸ ਵਾਲੇ ਦੇ ਸਾਹਮਣੇ ਇੰਨੇ ਮੇਰੇ ਡਾਂਗਾਂ ਮਾਰੀਆਂ ਨੇ ਸਾਰੇ ਬੰਦੇ ਇੱਥੇ ਗਵਾਹ ਖੜੇ ਆ ਪੁਲਿਸ ਵਾਲੇ ਨੇ ਕੋਈ ਐਕਸ਼ਨ ਨਹੀਂ ਲਿੱਤਾ ਉਹ ਤਾਂ ਉਹਨਾਂ ਦੀ ਤਰਫਦਾਰੀ ਕਰਦੇ ਪਏ ਆ ਜੇ ਮੈਂ ਪੜ੍ਹਿਆ ਲਿਖਿਆ ਬੰਦਾ ਜੇ ਮੈਂ ਆਟੋ ਚਲਾਉਣਾ ਪਿਆ ਵਾਂ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਜਿਹੜੇ ਚਿੱਟਾ ਲਾਉਂਦੇ ਆ ਚੋਰੀਆਂ ਕਰਦੇ ਆ ਮੋਬਾਈਲ ਕੋਲ ਕਰਦੇ ਆ ਇਹ ਬੰਦੇ ਨੇ ਗਾਲਾਂ ਕੱਢੀਆਂ ਫਿਰ ਇਹਨੂੰ ਮੈਂ ਜਾਗਦੇ ਬੰਦੇ ਨੇ ਆਖਣਾ ਮੁੱਕੀ ਮਾਰ ਕੇ ਫਰੰਟ ਸੀਸੇ ਦੇ ਅਤੇ ਫਰੰਟ ਸੀਸਾ ਤੋਂ ਤਿੜਕ ਤਿੜਕਦਾ ਬੱਸ ਵਾਲੇ ਨੇ ਮਾਰਿਆ ਜੀ ਮੈਨੂੰ ਕਾਰਨ ਕੀ ਸੀ ਕਾਰਨ ਇਹ ਸੀਗਾ ਜੀ ਮੈਂ ਉਹਨੂੰ ਕਿਹਾ ਕਿ ਤੂੰ ਗੱਡੀ ਕਿਉਂ ਨਹੀਂ ਰੋਕੀ ਉਹਨੇ ਗੱਡੀ ਦੇ ਅੰਦਰ ਪੁਲਿਸ ਵਾਲਾ ਮੁਲਾਜ਼ਮ ਬੈਠਾ ਉਹਦੇ ਸਾਹਮਣੇ ਉਹਨੇ ਡੰਡਾ ਸੁੱਟ ਕੇ ਮਾਰਿਆ ਗੱਡੀ 'ਚ ਉੱਤਰ ਕੇ ਆ ਕੇ ਮਾਰਿਆ ਉਹਨੇ ਆਟੋ ਵਾਲੇ ਨੂੰ ਮੈਂ ਪਹਿਲਾਂ ਆਖਿਆ ਵੀ ਵੀਰ ਜੀ ਗੱਡੀ ਕਰ ਲਓ ਪਾਸੇ ਇਹਨਾਂ ਨਹੀਂ ਕੀਤੀ ਮੁੜ ਕੇ ਗੱਡੀ ਮੜੀ ਨਾਲ ਲੱਗੀ ਵੀ ਨਹੀਂ ਆ ਫਿਰ ਵੀ ਮੈਂ ਇਹਨੂੰ ਗਾਹ ਕਰ ਲਈ ਗੱਡੀ ਅਤੇ ਗੱਡੀ ਅੱਗੋਂ ਘੁਮਾ ਕੇ ਅਤੇ ਮੈਂ ਲੱਖ ਦੀ ਕੱਢ ਲਈ ਗੱਡੀ ਇਹ ਬੰਦਾ ਆਇਆ ਗੱਡੀ ਦੇ ਵਿੱਚ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਇੰਨੇ ਭੈਣ ਮੈਂ ਫਿਰ ਇਹਨੂੰ ਕਿਹਾ ਮਾਂ ਵੀਰ ਚੱਲ ਜਾ ਕੋਈ ਗੱਲ ਨਹੀਂ ਆ ਤੈਨੂੰ ਮਹਿੰਗਾ ਪੈਣਾ ਹੀ ਇਹ ਫਿਰ ਵੀ ਮਾਂ ਭੈਣ ਦੀ ਗਾਲ ਕੱਢ ਕੇ ਨਾ ਮੇਰੀ ਬੱਸ ਸਾਰੀ ਗਵਾਹ ਵਾ ਸਵਾਰੀਆਂ ਵਿੱਚ ਭੈਣਾਂ ਵੀ ਬੈਠੀਆਂ ਮਾਵਾਂ ਵੀ ਬੈਠੀਆਂ ਰਾਤ ਨੂੰ 11-11 ਵਜੇ ਤੱਕ ਅਸੀਂ ਸੇਵਾ ਕਰਕੇ ਫਿਰ ਘਰ ਨੂੰ ਜਾਂਦੇ ਹਾਂ ਉਹਦੇ ਮੋਟਰਸਾਈਕਲਾਂ 'ਤੇ ਇਕੱਲੇ ਇਕੱਲੇ ਨੂੰ ਲਾਹ ਕੇ ਪੱਟੀ ਤੱਕ ਇਹ ਬੰਦੇ ਨੇ ਗਾਲਾਂ ਕੱਢੀਆਂ ਫਿਰ ਇਹਨੂੰ ਮੈਂ ਜਾਗਦੇ ਬੰਦੇ ਨੇ ਆਖਣਾ ਮੁੱਕੀ ਮਾਰ ਕੇ ਫਰੰਟ ਸੀਸੇ ਦੇ ਅਤੇ ਫਰੰਟ ਸੀਸਾ ਤੋਂ ਤਿੜਕ ਤਿੜਕਦਾ ਮੁੜ ਕੇ ਫਿਰ ਇਹਨੂੰ ਜਾ ਕੇ ਰੋਡ ਦਾ ਜਾਮ ਕੀਤਾ ਫਿਰ ਰੋਡ ਜਾਮ ਕੀਤਾ ਜੀ ਕਿਉਂਕਿ ਸੁਣਵਾਈ ਇਹਨਾਂ ਦੇ ਆਟੋ ਵਾਲੇ ਬੰਦੇ ਜ਼ਿਆਦਾ ਸੀ ਫਿਰ ਰੋਡ ਮੈਂ ਜਾਮ ਕਰਕੇ ਫਿਰ ਆਪਦੀ ਸੁਣਵਾਈ ਜਿਹੜੀ ਇੱਥੇ ਕੀਤੀ ਆ ਉੱਦਾਂ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਜੀ ਆਟੋ ਵਾਲੇ ਨਾਲ ਭਾਈ ਜਿਹੜਾ ਅਸੀਂ ਧੱਕਾ ਕੀਤਾ ਉਹ ਵਿਖਾ ਦੇ ਵਕੀਲ ਧੱਕਾ ਕੀਤਾ ਉਹਦੇ ਨਾਲ ਅਸੀਂ ਬਾਕੀ ਮੇਰੀਆਂ ਸਵਾਰੀਆਂ 52 ਸਵਾਰੀਆਂ ਮੇਰੀਆਂ ਸਵਾਰੀਆਂ ਦੀ ਗਵਾਹੀ ਲੈ ਸਕਦੇ ਜੇ ਤੁਸੀਂ ਇਕੱਲੀ ਇਕੱਲੀ ਵੀ ਮੈਂ ਕੀ ਉਹਨੂੰ ਆਖਿਆ ਵੀ ਹੱਥ ਜੋੜੇ ਕਿ ਨਹੀਂ ਜੋੜੇ ਬਾਅਦ 'ਚ ਉਹਨੇ ਮਾਵਾਂ ਅਤੇ ਭੈਣਾਂ ਦੀਆਂ ਗਾਲਾਂ ਕੱਢ ਕੇ ਤਾਂ ਭੱਜਾ ਗੱਡੀ 'ਚ ਜਦੋਂ ਮਗਰੋਂ ਫੜਿਆ ਮੁੜ ਕੇ ਆ ਕੇ ਫਿਰ ਮੁੱਕੀ ਮਾਰੀ ਇਹਨੇ ਮੈਂ ਛੱਡਤਾ ਮੈਂ ਜਾ ਚੱਲ ਜਾ ਇਹਨੇ ਫਿਰ ਆ ਕੇ ਦੁਬਾਰਾ ਬੰਦੇ ਨੇ ਮੁੱਕੀ ਮਾਰ ਕੇ ਸੀਸਾ ਮੇਨ ਜਿਹੜਾ ਉਹ ਤਿੜਕਦਾ ਤਿੜਕ ਗਿਆ ਹੁਣ ਜਾਮ ਖੋਲ੍ਹਦਾ SHO ਸਾਹਿਬ ਆਏ ਉਹਨਾਂ ਦੇ ਕਹਿਣ 'ਤੇ ਜਾਮ ਖੋਲ੍ਹਦਾ ਵਾ ਵੀ ਜੋ ਮੇਰੀ ਟਾਈਮ ਵੇਸਟ ਹੋਇਆ ਜੋ ਮੇਰਾ ਇਹ ਹੋਇਆ ਵਾ ਨੁਕਸਾਨ ਹੋਇਆ ਇਹਦੀ ਭਰਪਾਈ ਇਹ ਕਰੂਗਾ ਬੰਦਾ ਇਹ ਬੰਦਾ ਨਹੀਂ ਕਰੂਗਾ ਫਿਰ ਤਾਂ ਪਰਚਾ ਬੰਦੀ ਕਾਰਵਾਈ ਸਰਕਾਰ ਕਾਨੂੰਨੀ ਕਾਰਵਾਈ ਕੀਤੀ ਹੈ ਕਾਨੂੰਨ ਨੂੰ ਤਾਂ ਸ਼ਿਕੰਜਿਆਂ 'ਚ ਟੰਗਿਆ ਨਾਲੇ ਕਾਨੂੰਨ ਦੀ ਨਾਂ ਦੀ ਚੀਜ਼ ਹੀ ਨਹੀਂ ਹੈਗੀ ਕੋਈ ਲੁਧਿਆਣੇ ਦੇ ਵਿੱਚ ਬਿਨਾਂ ਸਾਰੇ ਆਟੋ ਜਾ ਕੇ ਪਹਿਲਾਂ ਲੈ ਸਰ ਲੱਗੇ ਆ ਕਿਸੇ ਦਾ ਕੋਈ ਨੰਬਰ ਨਹੀਂ ਹੈਗਾ ਕਿਸੇ ਦਾ ਕੋਈ ਕੁਛ ਨਹੀਂ ਹੈਗਾ ਅਤੇ ਸ਼ਰੇਆਮ ਇੱਥੇ ਵਿਚਾਰਾ ASI ਖਲੋਂਦਾ ਵਾ ਉਹ ਵਿਚਾਰਾ 1 ਰੁਪਈਏ ਦਾ ਰਵਾਦਾਰ ਨਹੀਂ ਕਿਸੇ ਦਾ ਅਤੇ ਉਹਨੂੰ ਕਹਿੰਦਾ ਤੂੰ ਮੈਂ ਤੋਂ ਪੈਸੇ ਲੈਂਦਾ ਪੁਲਿਸ ਮੈਂ ਤੋਂ ਪੈਸੇ ਲੈਂਦੀ ਆ ਉਹ ਬੰਦਾ 1 ਰੁਪਈਏ ਦਾ ਰਵਾਦਾਰ ਨਹੀਂ ਰੋਜ਼ ਵਹਿੰਦੇ ਉਹ ਬੰਦੇ ਨੂੰ ਰੋਜ਼ ਉਹ ਬੰਦੇ ਨੂੰ ਇੱਥੇ ਲੰਘਦਾ ਮੈਂ ਰੋਜ਼ ਆ ਟਾਈਮ 'ਚ ਆਉਣਾ ਰੋਜ਼ ਇਹ ਬੰਦੇ ਨੂੰ ਮੈਂ ਵਹਿੰਦਾ ਉਹ ਬੰਦਾ 1 ਰੁਪਈਏ ਦਾ ਕਿਸੇ ਦਾ ਰਵਾਦਾਰ ਨਹੀਂ ਆ ਸਾਰੇ ਬੰਦੇ ਗਵਾਹੀ ਦੇਣਗੇ ਪਰ ਉਹ ਬੰਦੇ ਨੂੰ ਕਹਿੰਦਾ ਤੂੰ ਮੈਂ ਤੋਂ ਪੈਸੇ ਲੈਣਾ ਇਹ ਬੰਦੇ ਨੇ ਪਹਿਲਾਂ ਬੱਸ ਮਗਰ ਲਾ ਕੇ ਰੱਖੀ ਅੱਗੇ ਮੇਰੀ ਗੱਡੀ ਸਵਾਰੀ ਪੈਣ ਲੱਗ ਗਈ ਮੈਂ ਸਾਈਡ 'ਚ ਕਰ ਲਈ ਇਹ ਬੰਦੇ ਨੇ ਬਾਰ ਬਾਰ ਮੈਨੂੰ ਗੱਡੀ ਇਹਨੂੰ ਮੈਂ ਰੋਕਦਾ ਰਿਹਾ ਇਹਨੇ ਫਿਰ ਵੀ ਮੇਰੇ ਗੱਡੀ ਦੇ ਨਾਲ ਲਾ ਕੇ ਲੈ ਗਿਆ ਪੁਲਿਸ ਵਾਲੇ ਦੇ ਸਾਹਮਣੇ ਇੰਨੇ ਮੇਰੇ ਡਾਂਗਾਂ ਮਾਰੀਆਂ ਨੇ
ਸਾਰੇ ਬੰਦੇ ਇੱਥੇ ਗਵਾਹ ਖੜੇ ਆ, ਪੁਲਿਸ ਵਾਲੇ ਨੇ ਕੋਈ ਐਕਸ਼ਨ ਨਹੀਂ ਲਿੱਤਾ, ਉੱਥੇ ਉਹਨਾਂ ਦੀ ਤਰਫਦਾਰੀ ਕਰਦੇ ਪਏ ਆ। ਜੇ ਮੈਂ ਪੜ੍ਹਿਆ ਲਿਖਿਆ ਬੰਦਾ, ਜੇ ਮੈਂ ਆਟੋ ਚਲਾਉਣਾ ਪਿਆ ਵਾਂ, ਇਹਨਾਂ ਨੂੰ ਤਕਲੀਫ ਹੋ ਰਹੀ ਹੈ, ਜਿਹੜੇ ਚਿੱਟਾ ਲਾਉਂਦੇ ਆ, ਚੋਰੀਆਂ ਕਰਦੇ ਆ, ਮੋਬਾਈਲ ਕੋਲ ਕਰਦੇ ਆ, ਉਹਨਾਂ ਨੂੰ ਇਹ ਕੁਛ ਨਹੀਂ ਕਹਿੰਦੇ, ਉਹਨਾਂ ਕੋਲੋਂ ਪੈਸੇ ਲੈਂਦੇ ਆ। ਕਿੰਨਾਂ ਨੇ ਮਾਰਿਆ ਤੁਹਾਨੂੰ? ਬੱਸ ਵਾਲੇ ਨੇ ਮਾਰਿਆ ਜੀ ਮੈਨੂੰ। ਕਾਰਨ ਕੀ ਸੀ? ਕਾਰਨ ਇਹ ਸੀਗਾ ਜੀ, ਮੈਂ ਉਹਨੂੰ ਕਿਹਾ ਕਿ ਤੂੰ ਗੱਡੀ ਕਿਉਂ ਨਹੀਂ ਰੋਕੀ, ਉਹਨੇ ਗੱਡੀ ਦੇ ਅੰਦਰ ਪੁਲਿਸ ਵਾਲਾ ਮੁਲਾਜ਼ਮ ਬੈਠਾ, ਉਹਦੇ ਸਾਹਮਣੇ ਉਹਨੇ ਡੰਡਾ ਸੁੱਟ ਕੇ ਮਾਰਿਆ, ਗੱਡੀ 'ਚ ਉੱਤਰ ਕੇ ਆ ਕੇ ਮਾਰਿਆ ਉਹਨੇ। ਜਾਨ ਕਿਹਨਾਂ ਨੂੰ ਲਾਇਆ ਗਿਆ ਜੀ? ਨਹੀਂ ਉਹਨੇ ਡੰਡਾ ਸੁੱਟੀ ਚੋਪੜਾ ਜੀ। ਕੀ ਮੈਟਰ ਕੀ ਹੋਇਆ ਪੂਰਾ? ਮੈਟਰ ਭਾਜੀ ਇਹ ਆਟੋ ਬਿਲਕੁਲ ਸਹੀ ਖੜੇ ਸੀ, ਕੋਈ ਗੱਲਬਾਤ ਨਹੀਂ ਹੋਈ, ਇਹ ਬੰਦੇ ਗੁੰਡਾਗਰਦੀ ਕੀਤੀ ਆਟੋ ਵਾਲੇ ਨੇ। ਕੋਈ ਮਨਜ਼ੂਰ ਨਹੀਂ ਹੈਗਾ ਜੀ, ਚੱਲਦੇ ਚੱਲਦੇ ਜਿਹੜਾ ਮੁੰਡਾ ਚੱਕਦਾ ਜਾ ਵੀ ਸਵਾਰੀ ਚੱਕ ਕੇ ਨਾਲ ਨਾਲ ਤੁਰੀ ਜਾਂਦਾ ਜੀ, ਕੋਈ ਸਟੈਂਡ ਮਨਜ਼ੂਰ ਨਹੀਂ ਜੀ। ਇਹ ਹੁਣ ਜਾਨ ਕਿਹਦੇ ਵੱਲੋਂ ਲਾਇਆ ਗਿਆ ਸੀ? ਇਹ ਕੋਈ ਨਹੀਂ, ਇਹ ਬੱਸ ਵਾਲੇ ਦੇ ਨਾਲ ਆਪਸ ਵਿੱਚ ਤੂੰ ਤੂੰ ਮੈਂ ਹੋਈ ਆ, ਦੋਵਾਂ ਦੇ ਵਿੱਚ ਰੰਜਿਸ ਨਾਲ ਇੱਕ ਦੂਜੇ ਦੇ ਇਸ ਕਰਕੇ ਜਾਮ ਲਾਇਆ ਜੀ ਇਹਨੇ। ਠੀਕ ਹੈ, ਹੁਣ ਉਹਨੇ ਬੱਸ ਨਾਲ ਲੜਿਆ ਜੀ, ਜਾਮ ਖਿਲਾ ਦਿੱਤਾ ਜੀ, ਬੱਸ ਇਹਦੇ ਵਿੱਚ ਲੱਗੀ ਆ ਜੀ, ਇਹ ਦੋਵਾਂ ਨੇ ਆਪਸ ਵਿੱਚ ਲੜ ਕੇ ਜਾਮ ਲੱਗਿਆ, ਜਾਮ ਖਿਲਾ ਦਿੱਤਾ ਜੀ। ਹਾਂਜੀ ਸਰ, ਹੁਣ ਖੁੱਲ੍ਹ ਗਿਆ। ਉਹਨੇ ਰੋਪ ਲਾਇਆ ਜੀ ਪੈਸਿਆਂ ਦਾ ਵੀ, ਉਹ ਬਿਲਕੁਲ ਲੋਕ ਤੁਹਾਡੇ ਹੱਕ 'ਚ ਨੇ ਵੀ, ਇੱਦਾਂ ਦਾ ਇਮਾਨਦਾਰ ਅਫਸਰ ਹੈ, ਪਰ ਉਹ ਆਟੋ ਵਾਲੇ ਵੱਲੋਂ ਰੋਪ ਲਾਏ ਗਏ ਆ। ਉਹ ਸਰ ਸਰਿਆਮ ਇਹੀ ਕੰਮ ਕਰਦਾ ਜੀ, ਉਹ ਜਾਣ ਕੇ ਰੋਪ ਲਾਉਂਦਾ, ਆਪਣੇ ਤੇ ਇਹ ਰੋਪ ਲਾਉਂਦਾ ਵੀ ਉਹ ਇੱਥੇ ਮੈਨੂੰ ਖੜਨ ਦੇਣ ਵਿਚਾਲੇ, ਵੀ ਇਹਨੂੰ ਮੈਨੂੰ ਹਟਾਉਣ ਨਾ ਪਰੇ, ਵੀ ਪਰੇ ਨਾ ਕਹਿਣ ਵੀ ਪਰੇ ਹੋ ਜਾਵਾਂ ਮੈਂ, ਰਸਤੇ 'ਚ ਖੜ ਕੇ ਜਿੱਥੇ ਮਰਜ਼ੀ ਮੈਨੂੰ ਕਾਰਵਾਈ ਕੀਤੀ ਜਾਊਗੀ। ਹਾਂਜੀ ਸਰ, ਇਹਨਾਂ ਬੱਸਾਂ ਵਾਲਿਆਂ ਦਾ, ਸਰਕਾਰੀ ਬੱਸਾਂ ਵਾਲਿਆਂ ਦਾ ਆਟੋ ਦਾ ਆਪਸ 'ਚ ਲੈ ਕੇ ਕੋਈ ਟਕਰਾਅ ਹੋਇਆ ਸੀ, ਕੋਈ ਮਾੜੀ ਮੋਟੀ ਬੱਸ ਵੱਜ ਗਈ ਹੋਣੀ ਆ, ਉਸ ਚੱਕਰ 'ਚ ਨੇ ਰੋਡ ਜਾਮ ਕਰਨ ਦੀ ਕੋਸ਼ਿਸ਼ ਕੀਤੀ ਸਰ। ਇਹਦੇ ਵਿੱਚ ਕਰ ਸਰ ਕੀ ਹੋਇਆ ਸੀਗਾ? ਆਟੋ ਵਾਲੇ ਕਹਿੰਦੇ ਵੀ ਆਟੋ ਵਾਲੇ ਕੁਛ ਧੱਕਾ ਕੀਤਾ ਗਿਆ। ਹਾਂਜੀ ਬ੍ਰਦਰ, ਤੁਹਾਡੇ ਸਾਹਮਣੇ ਆਏ ਹਜੇ ਤਾਂ ਮੈਂ ਜਾਮ ਖੁਲਵਾਇਆ ਆ, ਹੁਣ ਬੁਲਾ ਕੇ ਇਹਨਾਂ ਨੂੰ ਪੁੱਛਦੇ ਹਾਂ ਕੀ ਗੱਲਬਾਤ ਹੈਗੀ ਆ। ਸਰ ਕਿੰਨਾ ਲੰਬਾ ਜਾਮ ਲੱਗ ਗਿਆ ਸੀ ਸਰ? ਹੁਣੇ ਹਾਰਲੀ ਅੱਧਾ ਕਿਲੋਮੀਟਰ ਦਾ ਜਾਮ ਲੱਗਿਆ ਸੀ, ਬਟ ਉਹੀ ਆ ਮੌਕੇ 'ਤੇ ਆ ਕੇ ਖੁਲਵਾਤਾ। ਕਿਸ ਤਰ੍ਹਾਂ ਦੀ ਕਾਰਵਾਈ ਤੁਹਾਡੇ ਵੱਲੋਂ ਸਰ? ਬ੍ਰਦਰ ਨੂੰ ਦੇਖਦੇ ਹਾਂ, ਔਨ ਮੈਰਿਟ ਜੋ ਹੈਗਾ ਉਹਦੇ ਬਿਆਨ ਸੁਣਦੇ ਹਾਂ ਵੀ ਕਿਹਦੀ ਕੀ ਗਲਤੀ ਹੈਗੀ, ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ। ਕਿਹੜੀ ਜਗ੍ਹਾ ਲਾਇਆ ਸਰ ਜਾਮ ਇਹਨਾਂ ਨੇ? ਆਹੀ ਆਪਣਾ ਬੱਸ ਸਟੈਂਡ ਦੇ ਆਪੋਜ਼ਿਟ। ਠੀਕ ਹੈ ਸਰ, ਥੈਂਕ ਯੂ। ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਸਾਹਿਬ? ਆ ਗਈ ਉਹਨਾਂ ਗੱਲ ਕਰ